ਉਹ ਚੱਕ ਲਿਆ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ? ਖੇਤੀਬਾੜੀ ਕਰਦੇ ਹਨ। ਉਹ ਸਕੂਲ ਦੀ ਟੀਮ ਤਿਆਰ ਕੀਤੀ ਹੈ ਜਿੱਥੇ ਕਿ ਜਵਾਕਾਂ ਨੂੰ ਸਕੂਲੇ ਪੜ੍ਹਨ ਲਈ ਵੀ ਜਵਾਕਾਂ ਨੂੰ ਕੁੱਟ ਕੁੱਟ ਕੇ ਭੇਜਣਾ ਪੈਂਦਾ ਵਾ, ਹੈ ਨਾ? ਸਹੀ ਗੱਲ ਹੈ ਨਾ? ਬਿਲਕੁਲ, ਕਿ ਜਵਾਕ ਔਖੇ ਆ, ਤੁਸੀਂ ਉਹਨਾਂ ਨੂੰ ਪਲੇਅਰ ਬਣਾ ਦਾ। ਅਤੇ ਇੱਕ ਚੀਜ਼ ਹੋਰ ਮੈਨੂੰ ਸੁਣਨ ਮਿਲੀ ਆ ਕਿ ਯਾਰ ਜਿੰਨੇ ਵੀ ਬੱਚੇ ਤੁਹਾਡੀ ਟੀਮ ਲਈ ਖੇਡਦੇ ਆ ਉਹ ਮਤਲਬ ਕੋਈ ਵੀ ਮਤਲਬ ਸਾਰੇ ਗਰੀਬੀ ਲੈਵਲ 'ਚ ਉੱਠ ਕੇ ਬੱਚੇ ਪੁੱਜੇ ਹੋਏ ਆ। ਸਹੀ ਗੱਲ ਹੈ, ਇਹ ਗਰੀਬੀ ਨੂੰ ਢਾ ਕੇ ਉੱਪਰ ਬਹਿਣਾ ਚਾਹੁੰਦੇ ਆ। ਹਾਂ, ਕਹਿੰਦੇ ਗਰੀਬੀ ਕਿਰਾਂ ਦੀ ਸਾਡੇ ਸਮਾਜ ਨੂੰ ਲੋੜ ਆ। ਓਕੇ, ਕਿਉਂਕਿ ਦੀਪਕ ਜੀ ਜਿਹਨੇ ਗਰੀਬੀ ਦੇਖੀ ਆ, ਜਿਹਨੇ ਆਪਣੇ ਸਮਾਜ ਨੂੰ ਦੇਖਿਆ, ਅਤੇ ਆਪਣੇ ਸਮਾਜ ਦੀ ਉਹੀ ਗੱਲ ਕਰ ਸਕਦੇ। ਓਕੇ ਓਕੇ, ਇਹੋ ਜਿਹੇ ਕੀ ਕਰਦੇ ਫਾਦਰ ਸਾਹਿਬ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵੀਰੂ ਗੁੜੇ। ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੁੰਦਾ ਕਿ ਮੇਰੀ ਚੈਨਲ ਦਾ ਮੇਨ ਮੋਟਿਵ, ਜਿਹੜਾ ਮੇਨ ਮਕਸਦ ਆ, ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਇਨਸਾਨਾਂ ਨੂੰ ਜਾਂ ਉਹਨਾਂ ਮੁੰਡਿਆਂ ਨੂੰ ਅੱਗੇ ਲੈ ਕੇ ਆਉਣ ਦਾ ਹੁੰਦਾ, ਜਿਹੜੇ ਕਿ ਜ਼ਿੰਦਗੀ 'ਚ ਕੁਛ ਕਰਨਾ ਚਾਹੁੰਦੇ, ਕੁਛ ਅੱਗੇ ਵਧਣਾ ਚਾਹੁੰਦੇ। ਆਪਾਂ ਹਮੇਸ਼ਾ ਹੀ ਤੁਹਾਨੂੰ ਉਹਨਾਂ ਮਤਲਬ ਸ਼ਖਸੀਅਤ ਨਾਲ ਇੰਟਰਵਿਊ ਕਰਾਈਦਾ ਹੁੰਦਾ ਜਿਹੜੇ ਕਿ ਮਤਲਬ ਜ਼ਿੰਦਗੀ 'ਚ ਕੁਛ ਪਾਉਣ ਦੀ ਹਿੰਮਤ ਰੱਖਦੇ, ਕੁਝ ਜਜ਼ਬਾ ਰੱਖਦੇ। ਅੱਜ ਆਪਾਂ ਪਹੁੰਚੇ ਹਾਂ ਜੀ ਜੋਨ ਲੈਵਲ ਦੀਆਂ ਗੇਮਾਂ 'ਤੇ, ਸਿੱਧ ਮਕਲਾ, ਜਿੱਥੇ ਕਿ ਸਾਰੇ ਪ੍ਰਾਇਮਰੀ ਆਪਣੇ ਲੈਵਲ ਦੀਆਂ ਔਰ ਸੀਨੀਅਰ ਸੈਕੰਡਰੀ ਲੈਵਲ ਦੀਆਂ ਜੋਨ ਲੈਵਲ ਦੀਆਂ ਜਿਹੜੀਆਂ ਖੇਡਾਂ ਹੋ ਰਹੀਆਂ, ਇੱਥੇ ਖੋ ਖੋ ਵੀ ਹੋ ਰਹੀ ਆ, ਬਾਸਕਟਬਾਲ ਵੀ ਹੋ ਰਹੀ ਆ, ਅਤੇ ਹੋਰ ਵੀ ਕਈ ਗੇਮਾਂ ਹੋ ਰਹੀਆਂ। ਆਪਾਂ ਨੂੰ ਇੱਕ ਟੀਮ ਮਿਲੀ ਹੈ ਜੀ ਇੱਥੇ ਖੋ ਖੋ ਦੀ, ਜਿਹੜੇ ਕਿ ਬਹੁਤ ਵੱਡੇ ਲੈਵਲ ਦੇ ਪੱਧਰ ਤੱਕ ਜਿਹੜੇ ਖੇਡ ਚੁੱਕੇ ਆ, ਔਰ ਉਹਨਾਂ ਨੂੰ ਜਿਹੜੀ ਉਹ ਟੀਮ ਦੀ ਖਾਸੀਅਤ ਇਹ ਆ ਕਿ ਇੱਕ ਉਸ ਏਰੀਏ ਵਿੱਚੋਂ ਟੀਮ ਚੱਲ ਕੇ ਆਈ ਹੋਈ ਆ, ਜਿੱਥੇ ਮਤਲਬ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਜਾਂ ਪੰਜਾਬ ਵਿੱਚ ਕਹਿ ਦਈਏ ਜਾਂ ਹੋਰ ਵੱਡੇ ਲੈਵਲ ਦੇ ਜਿਹੜੇ ਲੋਕ ਕਹਿੰਦੇ ਆ ਬੈਕਵਰਡ ਇਲਾਕਾ ਕਹਿ ਸਕਦੇ ਹਾਂ, ਜਾਂ ਕਿਸੇ ਨੂੰ ਕਹਿੰਦੇ ਟਿੱਬਿਆਂ ਦਾ ਜਾਂ ਦਰਿਆ ਦਾ ਇਲਾਕਾ ਕਹਿ ਸਕਦੇ ਹਾਂ, ਉਸ ਇਲਾਕੇ 'ਚੋਂ ਟੀਮ ਚੱਲ ਕੇ ਆਈ। ਪਰ ਕੋਈ ਵੀ ਕਹਿੰਦੇ ਹੁੰਦੇ ਆ ਮਿਹਨਤ ਕਰਨ ਵਾਲੀ ਲਈ ਕਦੇ ਕੋਈ ਜਗ੍ਹਾ ਲੋਕੇਸ਼ਨ ਮੈਟਰ ਨਹੀਂ ਕਰਦੀ, ਉਹਨੇ ਅੱਗੇ ਵਧਣਾ ਤਾਂ ਪਹਾੜਾਂ ਨੂੰ ਵੀ ਚੀਰ ਕੇ ਅੱਗੇ ਵੱਧ ਜਾਂਦਾ। ਅਤੇ ਅੱਜ ਆਪਾਂ ਉਹ ਪਿੰਡ ਦੀ ਟੀਮ ਨੂੰ ਲੈ ਕੇ ਆਪ ਤੁਹਾਨੂੰ ਮਿਲਾਵਾਂਗੇ। ਸਾਡੇ ਨਾਲ ਜੁੜੇ ਹੋਏ ਆ ਮਾਸਟਰ ਕੁਲਦੀਪ ਸਿੰਘ ਗੁੜੇ ਜੀ, ਇਹ ਵੀ ਸ਼ਖਸੀਅਤ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ, ਬਹੁਤ ਵੱਡੇ ਲੈਵਲ ਤੱਕ ਇਹਨਾਂ ਨੇ ਵੀ ਗੇਮਾਂ ਨੂੰ ਪ੍ਰਮੋਟ ਕੀਤਾ, ਬਹੁਤ ਵਧੀਆ ਉੱਚੀ ਅਤੇ ਸੁੱਚੀ ਸੋਚ ਦੇ ਮਾਲਕ, ਆਪਾਂ ਇਹਨਾਂ ਨਾਲ ਗੱਲਬਾਤ ਕਰਾਵਾਂਗੇ। ਮਾਸਟਰ ਜੀ, ਕੀ ਹਾਲ ਚਾਲ ਹੈ ਜੀ? ਮਾਸਟਰ ਜੀ, ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਆਪਣੇ ਚੈਨਲ ਦਾ ਮੇਨ ਮਕਸਦ, ਮੇਨ ਮੋਟਿਵ ਜਿਹੜਾ ਹੁੰਦਾ ਵਾ ਨਾ, ਆਪਾਂ ਹਮੇਸ਼ਾ ਹੀ ਉਸ ਜੋ ਇਨਸਾਨ ਜ਼ਿੰਦਗੀ ਕੁਛ ਕਰਨਾ ਚਾਹੁੰਦੇ ਆਪਾਂ ਉਹਨੂੰ ਅੱਗੇ ਲੈ ਕੇ ਆਉਂਦੇ ਹਾਂ। ਤੁਹਾਡੀ ਇੱਕ ਨਾ ਟੀਮ ਬਾਰੇ ਸਾਨੂੰ ਬਹੁਤ ਵਧੀਆ ਮਤਲਬ ਸੁਣਨ ਨੂੰ ਮਿਲਿਆ ਕਿ ਤੁਸੀਂ ਇੱਕ ਕੀੜੀ ਭੰਮਾਲ ਦੀ ਟੀਮ ਤਿਆਰ ਕੀਤੀ ਹੈ ਸਕੂਲ ਦੀ, ਉਹ ਸਕੂਲ ਦੀ ਟੀਮ ਤਿਆਰ ਕੀਤੀ ਹੈ ਜਿੱਥੇ ਕਿ ਜਵਾਕਾਂ ਨੂੰ ਸਕੂਲੇ ਪੜ੍ਹਨ ਲਈ ਵੀ ਜਵਾਕਾਂ ਨੂੰ ਕੁੱਟ ਕੁੱਟ ਕੇ ਭੇਜਣਾ ਪੈਂਦਾ ਵਾ, ਹੈ ਨਾ? ਸਹੀ ਗੱਲ ਹੈ ਨਾ? ਬਿਲਕੁਲ, ਕਿ ਜਵਾਕ ਸਕੂਲ ਨੂੰ ਨਹੀਂ ਜਾਂਦੇ, ਤੁਸੀਂ ਉਹ ਸਕੂਲ ਦੇ ਬੱਚੇ ਸਟੇਟ ਲੈਵਲ ਤੱਕ ਖੜਾ ਦਿੱਤੇ ਆ। ਅਤੇ ਮੈਂ ਚਾਹਾਂਗਾ ਅੱਜ ਅਸੀਂ ਆਪਾਂ ਪਹੁੰਚੇ ਹੋਏ ਹਾਂ ਇੱਥੇ ਸਤਮਾ ਕਲਾ ਜੋਨਲ ਲੈਵਲ ਦੇ ਗੇਮਾਂ 'ਤੇ ਪਹੁੰਚੇ ਹੋਏ ਹਾਂ, ਸਾਨੂੰ ਥੋੜ੍ਹਾ ਜਿਹਾ ਟੀਮ ਬਾਰੇ ਥੋੜ੍ਹਾ ਦੱਸ ਦੱਸੋ ਜੀ ਮਾੜਾ ਜਿਹਾ। ਬਿਲਕੁਲ, ਪਹਿਲੀ ਗੱਲ ਤਾਂ ਇਹ ਹੈ ਵੀ ਉਹ ਪਿੰਡ ਦੀ ਮਿੱਟੀ ਵਿੱਚ ਕੁਝ ਹੈ, ਜਿਹੜੇ ਬੱਚੇ ਪੜ੍ਹਨ ਆਉਂਦੇ ਨੇ, ਕੁਝ ਬਣਨਾ ਚਾਹੁੰਦੇ ਨੇ, ਮਿਹਨਤ ਬਹੁਤ ਕਰਦੇ ਆ, ਅਤੇ ਸਟਰਗਲ ਤਾਂ ਜ਼ਿੰਦਗੀ ਦਾ ਸਾਡੇ ਦਾ ਹਿੱਸਾ, ਇਹਨਾਂ ਦੇ ਪੇਰੈਂਟਸ, ਇਹਨਾਂ ਦੇ ਮਾਂ ਬਾਪ, ਇਹਨਾਂ ਦੇ ਹਿੱਸੇ ਵੀ ਸਟਰਗਲ ਹੀ ਆਇਆ। ਸਾਡੀ ਤਾਂ ਸੋਚ ਇਹ ਵੀ ਜ਼ਿੰਦਗੀ ਵਿੱਚ ਕੁਝ ਅੱਗੇ ਬਣਦਾ। ਅਤੇ ਗੱਲ ਜੇ ਕਰੀਏ ਤਾਂ ਪ੍ਰਾਇਮਰੀ ਲੈਵਲ ਤੋਂ ਸਾਡੇ ਪਹਿਲੀ ਦੂਜੀ ਕਲਾਸ ਤੋਂ ਅਸੀਂ ਸ਼ੁਰੂ ਕਰ ਦਿੰਦੇ ਹਾਂ ਖਿਡਾਉਣਾ, ਅਤੇ ਜਦੋਂ ਜਦ ਬੱਚਾ ਚੌਥੀ ਪੰਜਵੀਂ ਖੇਡਦਾ ਉਦੋਂ ਅਸੀਂ ਉਹਨੂੰ ਮਤਲਬ ਮੈਚ ਲਈ ਵਾੜਦੇ ਹਾਂ, ਸਿਖਾਉਣਾ ਨਿੱਕੇ ਪੱਧਰ 'ਤੇ ਕੀ ਕਰਦੇ ਹਾਂ। ਇਸ ਕਰਕੇ ਉਸ ਪਿੰਡ ਵਿੱਚ ਹਰ ਇੱਕ ਨੂੰ ਜਿਹਨੂੰ ਵੀ ਤੁਸੀਂ ਹੱਥ ਲਾ ਦੋਗੇ ਲਗਭਗ ਖੋ ਖੋ ਹੁੰਦੀ ਹੈ। ਮੈਂ ਕਹਿੰਦਾ ਮਤਲਬ ਵੀ ਜੀ ਕੋਈ ਵੀ ਜੇ ਬੱਚਾ ਵਾ ਜਿਹੜਾ ਉਹ ਕੋਈ ਵੀ ਪਲੇਅਰ ਲਾ ਲੈਂਦੇ ਆ, ਪਲੇਅਰ ਨੂੰ ਫਾਈਨੈਂਸ਼ੀਅਲ ਸਪੋਰਟ, ਫਿਜ਼ੀਕਲ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਪਰ ਉਸ ਏਰੀਏ ਦੇ ਵਿੱਚ ਤਾਂ ਮਤਲਬ ਇਹ ਸੁਣਨ ਨੂੰ ਬੱਚੇ ਬੱਚੇ ਤਾਂ ਪੜ੍ਹਨੇ ਔਖ ਸੌਖ
ਔਖੇ ਆ, ਤੁਸੀਂ ਉਹਨਾਂ ਨੂੰ ਪਲੇਅਰ ਬਣਾ ਤਾ। ਅਤੇ ਇੱਕ ਚੀਜ਼ ਹੋਰ ਮੈਨੂੰ ਸੁਣਨ ਮਿਲੀ ਆ ਕਿ ਯਾਰ ਜਿੰਨੇ ਵੀ ਬੱਚੇ ਤੁਹਾਡੀ ਟੀਮ ਲਈ ਖੇਡਦੇ ਆ ਉਹ ਮਤਲਬ ਕੋਈ ਵੀ ਮਤਲਬ ਸਾਰੀ ਗਰੀਬੀ ਲੈਵਲ 'ਚ ਉੱਠ ਕੇ ਬੱਚੇ ਪੁੱਜੇ ਹੋਏ ਆ। ਸਹੀ ਗੱਲ ਹੈ ਜੀ, ਇਹ ਗਰੀਬੀ ਨੂੰ ਢਾਕੇ ਉੱਪਰ ਬਹਿਣਾ ਚਾਹੁੰਦੇ ਆ। ਹਾਂ, ਕਹਿੰਦੇ ਗਰੀਬੀ ਨੂੰ ਢਾਕੇ, ਗਰੀਬੀ ਨੂੰ ਵੀ ਹੱਕ 'ਤੇ ਬਹਿਣਾ ਚਾਹੁੰਦੇ ਆ। ਅਤੇ ਮੈਨੂੰ ਬੜੀ ਖੁਸ਼ੀ ਹੋਈ, ਉਹ ਮੁੰਡਾ ਬੈਠਾ ਉਹ ਨੌਨ ਮੈਡੀਕਲ ਕਰ ਰਿਹਾ ਧਰਮਿੰਦਰ ਸਿੰਘ, ਉਹ ਮੁੰਡਾ ਪਲੱਸ ਵਨ 'ਚ। ਅਤੇ ਹਰ ਇੱਕ ਦਾ ਕੋਈ ਨਾ ਕੋਈ ਸੁਪਨਾ ਵੀ ਆਪਣੇ ਦੇਸ਼ ਲਈ ਕੁਝ ਕਰਾਂ, ਆਪਣੇ ਪਿੰਡ ਲਈ ਕੁਝ ਕਰਾਂ, ਆਪਣੇ ਲਈ ਕੁਝ ਕਰਾਂ। ਅਤੇ ਜਦੋਂ ਇਹ ਕੁਝ ਕਰਦੇ ਆ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ। ਅਤੇ ਪਰਮਾਤਮਾ ਇਹੀ ਮਾਂ ਪਿਓ ਦਾ ਟੀਚਰ ਦੀ ਇੱਛਾ ਹੁੰਦੀ ਹੈ ਵੀ ਇਹਨਾਂ ਨੂੰ ਤਰੱਕੀ ਬਣ ਕੇ। ਅਤੇ ਮੈਂ ਚਾਹਾਂਗਾ ਮਾਸਟਰ ਜੀ ਇੱਕ ਵਾਰੀ ਤੁਹਾਡੀ ਬੱਚਿਆਂ ਦਾ ਇੰਟਰੋਡਕਸ਼ਨ ਜ਼ਰੂਰ ਕਰਾਵੋ, ਕੌਣ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ ਹੋ, ਉਹਦੇ ਫਾਦਰ ਸਾਹਿਬ ਕੀ ਕਰਦੇ ਆ? ਇਹ ਮੁੰਡਾ ਦਲਜੀਤ ਸਿੰਘ ਹੈ। ਹਾਂ, ਤੁਹਾਡਾ ਨਾਮ ਕੀ ਪੁੱਤ? ਦਲਜੀਤ ਸਿੰਘ। ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ? ਖੇਤੀਬਾੜੀ ਕਰਦੇ। ਹਾਂਜੀ ਮਾਸਟਰ ਜੀ ਅੱਗੇ ਜੀ। ਇਹ ਮੁੰਡਾ ਪ੍ਰਗਟ ਸਿੰਘ ਹੈ। ਓਕੇ ਜੀ। ਇਹਨਾਂ ਦੇ ਡੈਡੀ ਮਜ਼ਦੂਰੀ ਕਰਦੇ ਆ। ਓਕੇ ਜੀ। ਮਜ਼ਦੂਰੀ ਕਰਦੇ ਆ। ਇਹ ਮੁੰਡਾ ਹੈਗਾ ਆਪਣੇ ਚੰਨੀ ਚਰਨਜੀਤ ਸਿੰਘ। ਹਾਂ, ਮਤਲਬ ਜਿੰਨੇ ਵੀ ਹੈਗੇ ਨੇ ਸਾਡੇ ਕੋਲ ਸਾਰੇ ਗਰੀਬ ਘਰਾਂ ਦੇ ਚੰਨੀ ਸਿੰਘ। ਤੁਹਾਡਾ ਨਾਮ ਕੀ ਪੁੱਤ? ਕੀ ਕਰਦੇ ਫਾਦਰ ਸਾਹਿਬ? ਓਕੇ। ਅਤੇ ਆਓ, ਤੁਸੀਂ ਵੀ ਆਓ ਯਾਰ, ਤੁਸੀਂ ਵੀ ਖੇਡਦੇ ਹੋ ਨਾ? ਬਹੁਤ ਤਕੜਾ ਖੇਡਦਾ ਆਕਾਸ਼ ਹੈ ਮੁੰਡਾ। ਮੈਂ ਇਹਨੂੰ ਕਿਹਾ ਵੀ ਪਲੱਸ ਟੂ ਤੋਂ ਬਾਅਦ ਇਹ 2-3 ਮਹੀਨੇ 4 ਮਹੀਨੇ ਤੁਸੀਂ ਕੰਪਿਊਟਰ ਸਿੱਖਣ 'ਤੇ ਲਾਉਣੇ ਆ। ਉਹ ਤੋਂ ਬਾਅਦ ਤੁਸੀਂ ਇਹ ਜਿਹੜੇ ਕੋਰਸ ਕਰਨ ਦੀ ਕੋਸ਼ਿਸ਼ ਕਰੋ, ਅਤੇ ਤੁਹਾਡੇ ਵਰਗੇ ਟੀਚਰਾਂ ਦੀ ਸਾਡੇ ਸਮਾਜ ਨੂੰ ਲੋੜ ਹੈ। ਓਕੇ। ਕਿਉਂਕਿ ਬੀਪਲ ਜੀ ਜਿਹਨੇ ਗਰੀਬੀ ਦੇਖੀ ਹੈ, ਜਿਹਨੇ ਆਪਣੇ ਸਮਾਜ ਨੂੰ ਦੇਖਿਆ, ਅਤੇ ਅੱਜ ਸਮਾਜ ਦੀ ਇਹੀ ਗੱਲ ਕਰ ਸਕਦਾ। ਓਕੇ ਓਕੇ। ਇਹੋ ਜਿਹੇ ਮੁੰਡਿਆਂ ਦੀ ਆਪਣੇ ਸਮਾਜ ਨੂੰ ਬਹੁਤ ਲੋੜ ਹੈ। ਇਹੋ ਜਿਹੇ ਬੰਦੇ ਜੇਕਰ ਟੀਚਿੰਗ ਲਾਈਨ 'ਚ ਆਉਣਗੇ, ਬੜਾ ਮਤਲਬ ਵੱਡਾ ਉਪਰਾਲਾ ਕਰਨਗੇ, ਬਹੁਤ ਮਿਹਨਤ ਕਰਨਗੇ। ਅਤੇ ਤੁਹਾਡੇ ਸਟੇਟ ਲੈਵਲ ਦੇ ਮੁੰਡੇ ਕਿਹੜੇ ਕਿਹੜੇ ਖੇਡੇ ਹੋਏ ਆ? ਸਾਰੀ ਟੀਮ ਸਟੇਟ ਲੈਵਲ ਦੀ ਪੁੱਜੀ ਹੋਈ। 2-3 ਵਾਰੀ ਖੇਡੇ ਹੋਏ। ਤੁਹਾਡਾ ਨਾਮ ਕੀ ਪੁੱਤ? ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ? ਕਾਹਦਾ ਕੰਮ ਕਰਦੇ ਆ? ਕਰਿਆਨੇ ਦੀ ਦੁਕਾਨ। ਤੁਸੀਂ ਵੀ ਕੁੱਤ ਪੁੱਤ ਖੇਡਦੇ ਹੋ? ਉਹ ਮੁੰਡਾ ਬੀਰਪਾਲ ਹਜੇ ਪਾੜਿਆ ਨਹੀਂ ਗਰਾਊਂਡ ਵਿੱਚ, 4th ਕਲਾਸ ਅਤੇ 5th ਕਲਾਸ ਵਿੱਚ 2 ਵਾਰੀ ਸਟੇਟ ਖੇਡ ਚੁੱਕਾ। ਵੈਰੀ ਗੁੱਡ ਜੀ। ਅਤੇ ਹੁਣ ਪਹਿਲਾਂ ਤਾਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਫਾਈਨਲ 'ਚ ਪੁੱਜ ਚੁੱਕੇ ਹੋ ਅੱਜ ਇੱਥੇ, ਹੈ ਨਾ? ਅਤੇ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਆਪਾਂ ਫਾਈਨਲ ਦੀ ਮੈਚ ਦੀ ਵੀ ਕਵਰੇਜ ਕਰਾਂਗੇ। ਅਤੇ ਵੈਸਟ ਆਫ ਲੱਕ ਪੁੱਤ, ਸਾਰਿਆਂ ਨੂੰ ਵਧੀਆ ਖੇਡਿਓ, ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਿਓ, ਠੀਕ ਹੈ ਜੀ? ਬੀਰਪਾਲ ਜੀ, ਜਿਵੇਂ ਜਸਕਰਨ ਸਰ ਨੇ, ਇਹ ਰਮਨਦੀਪ ਸਰ ਨੇ, ਇਹੋ ਜਿਹੇ ਜਾਣ ਕੇ ਜਦੋਂ ਯੂਥ ਆਉਂਦਾ ਟੀਚਿੰਗ ਵਰਗ ਵਿੱਚ, ਚਾਹੇ ਕੋਈ ਵੀ ਪ੍ਰੋਫੈਸ਼ਨਲ ਵਰਗ ਵਿੱਚ ਆਉਂਦਾ, ਉਹ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ। ਇਹ ਵੀ ਸਰ ਜਦੋਂ ਦੇਖਦੇ ਆ ਗਰਾਊਂਡ ਵਿੱਚ ਖੜੇ ਹੁੰਦੇ ਆ ਜਵਾਕਾਂ ਦੇ ਨਾਲ, ਬੜੀ ਖੁਸ਼ੀ ਹੁੰਦੀ ਹੈ। ਇਹੋ ਜਿਹੇ ਟੀਚਰਾਂ ਦੀ ਲੋੜ ਆ ਸਮਾਜ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਜੀ? ਬਹੁਤ ਸੁਣਿਆ ਤੁਹਾਡੇ ਬਾਰੇ ਸਰ। ਅਤੇ ਕੀੜੀ ਭੁਮਾਲ ਦੀ ਟੀਮ, ਉਹ ਸਿੱਧੂ ਮੀਟ ਬਲਾਕ ਦੀ ਟੀਮਾਂ ਬਹੁਤ ਵੱਡੇ ਲੈਵਲ 'ਤੇ ਪਹੁੰਚ ਕੇ ਆਈਆਂ, 2 ਸ਼ਬਦ ਬੱਚਿਆਂ ਵਾਸਤੇ ਕੀ ਕਹਿਣਾ ਚਾਹੋਗੇ? ਬੱਚੇ ਬਹੁਤ ਵਧੀਆ ਖੇਡਦੇ, ਸਾਡੇ ਬੱਚੇ ਪਹਿਲੇ ਹੀ ਪ੍ਰਾਇਮਰੀ ਤੋਂ ਲੈ ਕੇ ਸਟੇਟ ਤੱਕ ਖੇਡੇ ਹੋਏ ਆ, ਹੁਣ ਵੀ ਉਮੀਦ ਆ ਵੀ ਸਟੇਟ ਤੱਕ ਜਾਣਗੇ ਜਾਂ ਨੈਸ਼ਨਲ ਤੱਕ ਜਾਣਗੇ। ਥੈਂਕ ਯੂ ਜੀ। ਸਰ ਆਪਣਾ ਸ਼ੁਭ ਨਾਮ ਕੀ ਸੀਗਾ? ਰਮਨਦੀਪ ਸਿੰਘ। ਅਤੇ ਬਹੁਤ ਵਧੀਆ, ਤੁਹਾਡੇ ਬੱਚਿਆਂ ਦਾ ਜੋਨ ਲੈਵਲ ਦੀਆਂ ਗੇਮਾਂ ਹੋਣੀਆਂ, ਬੱਚਿਆਂ ਨੂੰ ਪ੍ਰਾਇਮਰੀ ਲੈਵਲ ਤੋਂ ਹੀ ਇੱਕ ਉੱਚ ਪੱਧਰ ਦੀ ਜਿਹੜੀ ਸਿੱਖਿਆ ਮਿਲਦੀ ਆ, ਪੜ੍ਹਾਈ ਦੇ ਨਾਲ ਐਜੂਕੇਸ਼ਨ ਦੇ ਨਾਲ ਖੇਡਾਂ ਵੱਲ ਵੀ ਧਿਆਨ ਦਿੰਦੇ ਆ। ਅਤੇ 2 ਸ਼ਬਦ ਤੁਹਾਡੀ ਟੀਮਾਂ ਬਾਰੇ ਜਾਂ ਬੱਚਿਆਂ ਨੂੰ ਸੁਨੇਹਾ ਦੇਣ ਵਾਸਤੇ ਕੀ ਕਹੋਗੇ? ਬੱਚੇ ਸਾਡੇ ਬਹੁਤ ਵਧੀਆ ਨੇ, ਬਹੁਤ ਮਿਹਨਤ ਕਰਦੇ ਨੇ ਸਕੂਲ ਦੇ ਵਿੱਚ, ਪੜ੍ਹਨ ਦੇ ਨਾਲ ਨਾਲ ਖੇਡਣ ਦੇ ਵਿੱਚ ਵੀ ਮੱਲਾਂ ਮਾਰ ਰਹੇ ਨੇ। ਪਰਸੋਂ ਤੋਂ ਲੱਗੇ ਹੋਏ ਹਾਂ, ਬਹੁਤੀਆਂ ਨੇ ਬਹੁਤ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਨੇ। ਅਤੇ ਅੱਜ ਅਸੀਂ ਟੀਮ ਨੰਬਰ 17 ਦੀ ਖੋ ਖੋ ਦੀ ਇਹ ਹੁਣ ਫਾਈਨਲ ਦੇ ਵਿੱਚ ਟੀਮ ਅੱਗੇ ਸਾਡਾ ਮੈਚ ਆ, ਅਤੇ ਅੱਗੇ ਬਹੁਤ ਵਧੀਆ ਕਰ ਰਹੇ ਨੇ। ਇੱਦੂ ਪਹਿਲਾਂ ਵੀਰਪਾਲ ਜੀ ਰਸਤਾ ਕੁੱਤ ਦੀ ਟੀਮ ਕਾਗੋਂ ਬਾਹਰ, ਉਹ ਟੀਮ ਨੂੰ 17 ਉਹ ਵਿਨਰ ਆ, ਅਤੇ ਦੋਨੇ ਭਲਵਾਨ ਆਪਣੇ ਉਹ ਵੀ ਜਿੱਤ ਚੁੱਕੇ। 6 ਭਲਵਾਨ ਸਾਡੇ ਵਿਨਰ, ਹਾਂਜੀ 2 ਗਰੀਪਰ ਇਹਨਾਂ ਦੇ ਵਿੱਚ, ਅਤੇ 4 ਭਲਵਾਨ ਫ੍ਰੀ ਸਟਾਈਲ ਕੁਸ਼ਤੀਆਂ ਦੇ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਆ। 14 ਦੇ ਵਿੱਚ ਰੱਸਾ ਕੱਸੀ ਦੀ 4th ਪੁਜੀਸ਼ਨ, 17 ਦੇ ਵਿੱਚ ਪਹਿਲੀ ਪੁਜੀਸ਼ਨ, ਅਤੇ ਬੈਡਮਿੰਟਨ ਵਾਲੇ ਉੱਧਰ ਹੋ ਰਹੇ ਆ ਟੂਰਨਾਮੈਂਟ, ਉਹਦੇ ਵਿੱਚ ਵੀ
ਅੰਡਰ 19 ਦੀ 3rd ਪੋਜੀਸ਼ਨ ਤੇ ਅੰਡਰ 17 ਦੇ ਹੁਣ ਚੱਲ ਰਹੇ ਆ ਫਾਈਨਲ ਮੈਚ। ਮਤਲਬ ਕਹਿੰਦਾ ਮਤਲਬ ਤੁਸੀਂ ਹੁਣ ਜੇ ਫਿਰ ਜਿੱਤ ਪ੍ਰਾਪਤ ਕਰ ਲਈ। ਬਾਕੀ ਵੀਰਪਾਲ ਜੀ ਛੋਟਾ ਜਿਹਾ ਪਿੰਡ ਆ ਭਮਾਲ, ਮਤਲਬ ਉਹਨੂੰ ਹਰੇਕ ਜਾਣਦਾ ਜਿਹੜਾ ਮਤਲਬ ਖੋ ਖੋ ਨੂੰ ਤਿਆਰ ਕਰਦਾ ਉਹਨੂੰ ਹਰੇਕ ਜਾਣਦਾ ਵੀ ਭਮਾਲ ਕੋਈ ਪਿੰਡ ਹੈ ਉਸ ਏਰੀਏ 'ਚ ਵੱਸਦਾ। ਉੱਥੋਂ ਬੜੇ ਬੱਚੇ ਨੈਸ਼ਨਲ ਤੱਕ ਖੇਡੇ ਗਏ, ਨੈਸ਼ਨਲ ਤੱਕ ਖੇਡੇ ਨੇ ਅਤੇ ਇਹ ਕੰਮ ਲਈ ਮਤਲਬ ਕਸੂਰ ਤੋਂ ਮੁੰਡਾ ਆਇਆ ਮੇਰੀ ਜ਼ਿੰਦਗੀ ਵਿੱਚ, ਉਹਨੇ ਬੜਾ ਯੋਗਦਾਨ ਪਾਇਆ। ਨਸ਼ਾ ਛੱਡਣ ਲਈ ਆਇਆ ਸੀ, ਨੈਸ਼ਨਲ ਖੇਡਿਆ ਸੀਗਾ। ਸਰਕਾਰਾਂ ਦੀ ਨਾਕਾਮੀ ਹੈ, ਜਦੋਂ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਨੌਜਵਾਨਾਂ ਵੱਲ, ਕੁਝ ਨਾ ਕੁਝ ਵੱਖਰਾ ਕਰਨ ਦੀ ਹੋਰ ਕਰਦੇ ਆ, ਉਹ ਕਿਹੜਾ ਹੀ ਪੈ ਜਾਂਦੇ ਆ। ਅਤੇ ਸਮੇਂ ਦੀ ਲੋੜ ਆ, ਜਵਾਨੀ ਨੂੰ ਸੰਭਾਲੀਏ ਆਪਾਂ, ਇਹਨਾਂ ਨੂੰ ਸਿੱਧੇ ਪਾਸੇ ਲਾਈਏ। ਉਸ ਤੋਂ ਬਾਅਦ ਗੁਰਸੇਵਕ ਸਿੰਘ ਮਾਨ ਜੀ ਇੱਥੇ ਆਲ ਇੰਡੀਆ ਖੇਡਿਆ ਗੁੜੇ ਸਣ ਤੋਂ, ਉਹ ਸਰ ਨੇ ਮੇਰੀ ਬਹੁਤ ਮਦਦ ਕੀਤੀ। ਅਤੇ ਇੱਕ ਕਾਦਰ ਬਖਸ਼ ਮੁੰਡਾ ਗਾਲਵ ਕਲਾਂ ਤੋਂ, ਉਹ ਮੁੰਡਾ ਨੈਸ਼ਨਲ ਖੇਡਿਆ, ਉਹਨੇ ਬੜੀ ਹੈਲਪ ਕੀਤੀ। ਮਤਲਬ ਬੜੇ ਮੁੰਡੇ ਆਉਂਦੇ ਨੇ ਜ਼ਿੰਦਗੀ ਵਿੱਚ, ਜਿਵੇਂ ਕੋਈ ਵੱਖਰਾ ਵੱਖਰਾ ਸਿਖਾ ਜਾਂਦੇ ਆ ਅਤੇ ਸਿੱਖੀ ਜਾਂਦੇ ਆ। ਅਤੇ ਕਈ ਵਾਰੀ ਇਹ ਮੁੰਡੇ ਖੇਡਦੇ ਖੇਡਦੇ ਇਹੋ ਜਿਹੀ ਗੱਲ ਕਰ ਦਿੰਦੇ ਆ, ਉਹਨਾਂ ਤੋਂ ਵੀ ਸਿੱਖਣ ਨੂੰ ਮਿਲਦਾ।